ਚੰਨੀ ਸਾਹਿਬ ਦੀ ਸ਼ਖਸੀਅਤ ਸਾਫ਼ ਸੁਥਰੀ ਸ਼ਖਸੀਅਤ ਹੋਣ ਕਰਕੇ ਸਾਰੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਜਾਣੀ ਇੰਨਾ ਸਾਥ ਜ਼ੋਰ ਨਾਲ ਦੇ ਰਹੇ ਹੈ। ਇੱਕ ਸਭ ਤੋਂ ਬੜੀ ਗੱਲ ਇਹ ਵੀ ਸੀਗੀ ਵੀ ਇੱਥੇ ਜਿਹੜੇ ਦਲ ਬਦਲੂ ਬਹੁਤ ਤੁਰੇ ਫਿਰਦੇ ਸੀ, ਸਰਦਾਰ ਚਰਨਜੀਤ ਸਿੰਘ ਚੰਨੀ ਜਿੱਥੇ ਖੜ੍ਹੇ ਹੈ ਉੱਥੇ ਹੀ ਖੜ੍ਹੇ ਹੈ, ਉੱਥੋਂ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ ਔਰ ਆਉਣ ਵਾਲੇ ਸਮੇਂ 'ਚ ਵੀ 27 'ਚ ਵੀ ਉੱਥੋਂ ਹੀ ਬਣਨਗੇ, ਜਾਣੀ ਕਾਂਗਰਸ ਪਾਰਟੀ ਦਾ ਹੀ। ਤਾਂ ਕਰਕੇ ਲੋਕਾਂ ਨੇ ਇੰਨਾ ਸਾਥ ਦਿੱਤਾ ਵੀ ਇਹ ਬਿਲਕੁਲ ਸਟੈਂਡ ਕਰਕੇ ਖੜ੍ਹੇ ਰਹੇ ਜੀ। ਸਾਡਾ ਚਰਨਜੀਤ ਸਿੰਘ ਚੰਨੀ ਅੱਗੇ ਰਹੂਗਾ, ਉਹਦੀ ਲੀਡ ਵੱਧਦੀ ਜਾਊਗੀ, ਠੀਕ ਹੈ ਜੀ। ਤਾਂ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡਾ ਚੰਨੀ ਜੀ ਅੱਗੇ ਜਾ ਰਿਹਾ। ਕਿਹੜੇ ਉਹ ਕਮਲ ਤੈਨੂੰ ਕੀ ਲੱਗਦਾ ਕਿ ਕਿਸ ਉਮੀਦਾਂ ਤੇ ਖਰਾ ਉਤਰਨਗੇ ਚੰਨੀ ਸਾਹਿਬ? ਹਾਂਜੀ, ਸਾਨੂੰ ਪੂਰਾ ਯਕੀਨ ਹੈ ਜੀ, ਜਿਸ ਤਰ੍ਹਾਂ ਉਹ 3 ਮਹੀਨੇ ਵਾਸਤੇ ਆਏ, ਇੰਨਾ ਵਧੀਆ ਕੰਮ ਕਰਕੇ ਗਏ, ਸਾਨੂੰ ਅੱਗੇ ਵੀ ਉਮੀਦ ਹੈ ਕਿ ਉਹ ਸਾਰਿਆਂ ਦੇ ਕੰਮ ਕਰਨਗੇ, ਵਧੀਆ ਉਤਰਨਗੇ। ਦਲ ਬਦਲੂ ਸੀ ਜਿਨ੍ਹਾਂ ਨੇ ਪਾਰਟੀ ਤੋਂ ਟਬੂਸੀਆਂ ਮਾਰੀਆਂ, ਦੂਜੀ ਪਾਰਟੀ 'ਚ ਚਲੇ ਗਏ, ਉਹਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ, ਉਹ ਸਾਫ਼ ਨਜ਼ਰ ਆ ਰਿਹਾ ਨਤੀਜਾ? ਹਾਂਜੀ, ਉਹ ਸਾਫ਼ ਆ ਰਿਹਾ ਜੀ, ਉਹ ਉਹਨਾਂ ਨੂੰ ਹੁਣ ਆਪਣੇ ਆਪ ਹੀ ਸੋਚ ਚਾਹੀਦੀ ਆ ਕਿ ਅਸੀਂ ਇਹ ਕੀ ਕੀਤਾ ਆ, ਆਪਣੇ ਆਪ ਹੀ ਉਹਨਾਂ ਨੂੰ ਇਹ ਸੋਚ ਚਾਹੀਦੀ ਆ। ਬਾਕੀ ਹੋਰ ਅਸੀਂ ਤਾਂ ਕੁਛ ਉਹਨਾਂ ਬਾਰੇ ਕਹਿਣਾ ਨਹੀਂ ਚਾਹੁੰਦੇ, ਪਰ ਆਪਣੀ ਉਹਨਾਂ ਨੂੰ ਸੋਚ ਚਾਹੀਦੀ ਸੀ ਅਸੀਂ ਇਹ ਕੀ ਕਰਦੇ ਹਾਂ, ਟਪੂਸੀ ਮਾਰ ਕੇ ਬਾਂਦਰਾਂ ਵਾਂਗੂ ਉਧਰ ਨੂੰ ਟਪੂਸੀ ਮਾਰ ਕੇ ਅਸੀਂ ਉੱਧਰ।